ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅਤੇ ਅੱਜ ਅਸੀਂ ਗੱਲ ਕਰਦੇ ਹਾਂ ਬਾਰਬੈੱਲ ਬੈਂਟ ਓਵਰ ਰੋ ਦੀ। ਇਹਦੇ ਵਿੱਚ ਦੋ ਗ੍ਰਿਪ ਤੁਹਾਨੂੰ ਮੈਂ ਦੱਸੂਗਾ, ਵੀਡੀਓ ਹੋਊਗੀ ਇਹ, ਜਿਹੜੇ ਨਿਊ ਸਟੂਡੈਂਟ ਆ, ਬਿਗਨਰਸ ਜਿਹੜੇ ਜਿਮ ਜੁਆਇਨ ਕੀਤਾ, ਇਹ ਬੇਸਿਕ ਵਰਕਆਊਟ ਦੀ ਵੀਡੀਓ ਆ, ਠੀਕ ਹੈ। ਉਸ ਤੋਂ ਬਾਅਦ 'ਚ ਅਸੀਂ ਦੋ ਗ੍ਰਿਪ, ਜਿਹੜੇ ਵਾਈਡ ਗ੍ਰਿਪ ਆ ਐਂਡ ਕਲੋਜ਼ ਗ੍ਰਿਪ, ਗ੍ਰਿਪ ਜਿਹੜਾ ਬੇਸਿਕ ਗ੍ਰਿਪ ਆ, ਸਟਾਰਟਿੰਗ ਜਿੱਥੋਂ ਕਰਨੀ, ਤੁਸੀਂ ਜਿਹੜੀ ਤੁਹਾਡੀ ਪੈਰਾਂ ਦਾ ਡਿਸਟੈਂਸ ਆ, ਤੁਹਾਡੇ ਹਿਪ ਤੋਂ ਥੋੜ੍ਹਾ ਜਿਹਾ ਵਾਈਡ ਐਂਡ ਹੱਥ ਥੋੜ੍ਹੇ ਜਿਹੇ ਨੀ ਤੋਂ ਬਾਹਰ, ਦੈਨ ਡੈਡ ਲਿਫਟ ਵਾਂਗੂ ਅਪ ਕਰਕੇ ਡਾਊਨ ਪੁਸ਼। ਓਕੇ, ਹੋ ਗਿਆ ਤੁਹਾਡਾ ਵਾਈਡ ਗ੍ਰਿਪ, ਪ੍ਰੋਨੇਟਡ ਗ੍ਰਿਪ ਹੈ ਨਾ ਜਿਹਨੂੰ ਕਹਿ ਦਿੰਦੇ ਹਾਂ। ਅਤੇ ਇਹਦੇ ਵਿੱਚ ਦੋ ਤਿੰਨ ਗੱਲਾਂ ਦਾ ਖਾਸ ਖਿਆਲ ਰੱਖਣਾ। ਨੰਬਰ ਇੱਕ, ਜਦੋਂ ਤੁਸੀਂ ਇਹਨੂੰ ਪੁੱਲ ਕਰਦੇ ਬਾਹਰ ਨੂੰ, ਬਾਡੀ ਤੁਹਾਡੀ ਸਵਿੰਗ ਨਹੀਂ ਹੋਣੀ ਚਾਹੀਦੀ, ਜਿੱਦਾਂ ਬਹੁਤ ਜਣੇ ਇੱਦਾਂ ਇੱਦਾਂ ਕਰਨ ਲੱਗ ਜਾਂਦੇ, ਉਹ ਬਾਡੀ ਸਵਿੰਗਿੰਗ ਨਹੀਂ ਹੋਣੀ ਚਾਹੀਦੀ, ਪਹਿਲੀ ਗੱਲ। ਦੂਸਰੀ ਗੱਲ, ਇਹਦੇ ਵਿੱਚ ਬੈਕ ਤੁਹਾਡੀ ਬਿਲਕੁਲ, ਬੈਕ ਸਟਰੇਟ ਰਹਿਣੀ ਚਾਹੀਦੀ ਹੈ ਬਿਲਕੁਲ, ਠੀਕ ਆ। ਕੁਛ ਕੁ ਲੋਕ ਇੱਦਾਂ ਰਾਊਂਡ ਐਂਡ ਬੈਕ ਦੇ ਨਾਲ ਕਰਦੇ ਆ, ਉਹ ਬਿਲਕੁਲ ਰੋਂਗ ਆ। ਬਹੁਤ ਜ਼ਿਆਦਾ ਥੋੜ੍ਹਾ ਅਪ ਨਹੀਂ ਹੋਣਾ, ਬਾਡੀ ਡਾਊਨ ਰਹੂਗੀ। ਬੇਸਿਕ ਜਿਹੜਾ ਸਭ ਤੋਂ ਸੌਖਾ ਹੈਗਾ ਉਹ ਇਹ ਕਿ ਤੁਹਾਡੀ ਰੋਡ ਜਦੋਂ ਤੁਹਾਡੀ ਨੀ ਨੂੰ ਟੱਚ ਕਰ ਜਾਵੇ, ਉੱਥੇ ਤੱਕ ਤੁਸੀਂ ਬੈਡ ਹੋਣਾ, ਫਿਰ ਅਪ, ਠੀਕ ਹੈ। ਨੀ ਬਿਲਕੁਲ ਐਲਬੋ ਅਪ ਕਰਨੀ ਤਾਂ ਸਿੱਧਾ ਆਜੂਗਾ, ਠੀਕ ਹੈ। ਇਹ ਤਾਂ ਹੋ ਗਿਆ ਤੁਹਾਡਾ ਪ੍ਰੋਨੇਟਡ ਵਾਈਡ ਗ੍ਰਿਪ, ਇਹ ਟਾਰਗੇਟ ਕਰੂਗਾ ਖਾਸ ਕਰਕੇ ਤੁਹਾਡੇ ਅਪਰ ਬੈਕ ਨੂੰ, ਟ੍ਰੈਪਸ ਨੂੰ, ਓਕੇ। ਅਤੇ ਹੁਣ ਦੂਸਰੇ ਗ੍ਰਿਪ ਦੀ ਗੱਲ ਕਰਦੇ ਹਾਂ, ਲੈਟਸ ਨੂੰ ਟਾਰਗੇਟ ਕਰਨ ਵਾਸਤੇ ਆ। ਇਹਦੇ ਵਿੱਚ ਕੀ ਕਰਨਾ, ਇਹਦੇ ਵਿੱਚ ਪ੍ਰੋਨੇਟਡ ਨਾਲੋਂ ਥੋੜ੍ਹਾ ਜਿਹਾ ਤੁਸੀਂ ਥੋੜ੍ਹਾ ਜਿਹਾ ਕਲੋਜ਼ ਕਰਨਾ ਬਾਡੀ ਦੇ, ਹੱਥ ਸਾਡੇ ਥੋੜ੍ਹੇ ਜਿਹੇ ਕਲੋਜ਼ਰ ਹੋਊਗੇ, ਬਾਕੀ ਸੇਮ ਆ ਬੈਕ 'ਤੇ ਆਪ। ਰੋਡ ਨੂੰ ਨੀ ਤੋਂ ਲੈ ਕੇ ਤੁਸੀਂ ਆਪਣੀ ਬੈਲਟ ਤੱਕ ਜਾਂ ਧੁੰਨੀ ਤੱਕ ਇੱਦਾਂ ਟੱਚ ਕਰੋਗੇ, ਠੀਕ। ਜਿਹੜੀ ਖਾਸ ਗੱਲ ਇਹਦੇ ਵਿੱਚ ਵੀ ਕਿ ਬਾਡੀ ਇੱਦਾਂ ਸਵਿੰਗਿੰਗ ਮੂਡ ਵਿੱਚ ਨਾ ਆਵੇ, ਠੀਕ ਹੈ। ਬਿਲਕੁਲ ਸਟੇਬਲ ਬੈਕ ਐਂਡ ਦੈਨ ਅਪਰ ਬਾਡੀ ਬਿਲਕੁਲ ਸਟੇਬਲ ਹੋਊਗੀ, ਅਤੇ ਵੇਟ ਨੂੰ ਧੁੰਨੀ ਤੱਕ ਟੱਚ ਕਰਕੇ ਐਂਡ ਡਾਊਨ, ਬਿਲਕੁਲ ਸਟੇਬਲ। 15 ਰੈਪੀਟੀਸ਼ਨ ਤੋਂ ਸਟਾਰਟ ਕਰੋ, ਵੇਟ ਜਿੱਦਾਂ ਜਿੱਦਾਂ ਵੇਟ ਇਨਕਰੀਜ਼ ਹੋਊਗਾ, ਉੱਦਾਂ ਉੱਦਾਂ ਰੈਪੀਟੀਸ਼ਨ ਡਾਊਨ ਜਾਊਗੇ। ਥੈਂਕ ਯੂ।